ਤੁਸੀਂ ਦੇਖ ਰਹੇ ਹੋ ਗੁਰੂਵਾਰ ਸਾਹਿਬ ਲਾਈਵ ਤੇ ਮੈਂ ਹਾਂ ਸਤਪਾਲ ਦੇ ਅੰਦਰ ਲਾਈਵ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਬਾਰਡਰ ਪੱਟੀ ਦੀਆਂ ਬਾਰਡਰ ਪੱਟੀ ਦੇ ਪਿੰਡ ਸ਼ੰਗਾ ਰਾਏ ਅਵਤਾਰ ਦੇ ਵਿੱਚ ਮੌਜੂਦ ਆ ਤਸਵੀਰਾਂ ਦੇਖ ਸਕਦੇ ਹੋ ਅਕਾਲੀ ਦਲ ਬਾਰਡਰ ਪੱਟੀ ਦਾ ਵੱਡਾ ਯੂਥ ਆ ਕਾਫਲਾ ਹੈਗਾ ਜਿੰਦੀ ਅਗਵਾਈ ਦੀ ਗੱਲ ਕਰਦੇ ਆ ਗੁਰਸੇਵਕ ਸਿੰਘ ਕੈਸ਼ਮਾਨ ਅਗਵਾਈ ਕਰ ਰਹੇ ਆ ਬਾਰਡਰ ਪੱਟੀ ਦੇ ਤਸਵੀਰਾਂ ਹੈਗੀਆਂ ਤਸਵੀਰਾਂ ਜਿਹੜੇ ਦਿਖਾਦੇ ਕਾਫਲਾ ਕੱਢਿਆ ਜਾ ਰਿਹਾ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਬਾਰਡਰ ਤੋਂ ਲੀਡ ਆਊਗੀ ਅੱਜ ਕਾਫਲਾ ਕੀ ਦੱਸਦਾ ਜੀ ਕਾਫਲਾ ਤੁਸੀਂ ਵੇਖੋ ਤੇ ਤੁਸੀਂ ਦੱਸੋ ਕਾਫਲਾ ਕੀ ਦੱਸਦਾ ਬਾਰਡਰ ਤੋਂ ਲੀਡ ਆਊਗੀ ਬਾਰਡਰ ਪਹਿਲਾਂ ਵੀ ਇੱਕ ਨੰਬਰ ਤੇ ਰਿਹਾ ਬਾਰਡਰ ਨੇ ਸਾਡੇ ਦਿਲ ਤੇ ਰਾਜ ਕੀਤਾ ਹੈ ਤੇ ਇਸ ਵਾਰੀ ਬਾਰਡਰ ਨੂੰ ਸਿਰ ਦਾ ਤਾਜ ਬਣਾ ਕੇ ਰੱਖਾਂਗੇ ਝਾੜੂ ਵਾਲੇ ਕਹਿੰਦੇ ਸਾਰੇ ਪਿੰਡ ਬਾਰਡਰ ਤੇ ਹੋ ਗਏ ਝਾੜੂ ਹੀ ਹੋ ਗਏ ਵੇਖੋ ਕਿਸੇ ਨੂੰ ਕੋਈ ਖੁਸ਼ਫਹਿਮੀ ਹੈ ਤਾਂ ਮੈਂ ਦੂਰ ਨਹੀਂ ਕਰ ਸਕਦਾਗਾ 20 ਤਰੀਕ ਨੂੰ ਤੱਖੜੀ ਦਾ ਬਟਨ ਜਦੋਂ ਨੱਪਿਆ ਜਾਊਗਾ ਸਾਰਿਆਂ ਦੀਆਂ ਖੁਸ਼ਫਹਿਮੀਆਂ ਗਲਤ ਫਹਿਮੀਆਂ ਦੂਰ ਹੋ ਜਾਣਗੀਆਂ ਬਾਰਡਰ ਦੇ ਉੱਤੇ ਕੇਵਲ ਤੇ ਕੇਵਲ ਅਕਾਲੀ ਦਲ ਦੀ ਸਰਕਾਰ ਹੈ ਬਣੂਗੀ ਬਾਰਡਰ ਨੇ ਪੂਰਾ ਵੱਡਾ ਸਮਰਥਨ ਦਿੱਤਾ ਤੇ ਬਾਰਡਰ ਦਾ ਸਮਰਥਨ ਹੈ ਜਿਹੜਾ ਉਹ ਇਸ ਬੱਚੇ ਦੇ ਨਾਲ ਮੇਰੇ ਸਿਰ ਦੇ ਉੱਤੇ ਹੱਥ ਰੱਖ ਕੇ ਅਸੀਂ ਨੋਨੀ ਬਾਈ ਦਾ ਤਾਜ ਬਾਰਡਰ ਨੂੰ ਬਣਾਉਣਾ ਹੈ ਅੱਜ ਕਿਹੜੇ ਕਿਹੜੇ ਪਿੰਡਾਂ ਦਾ ਦੌਰਾ ਹੈਗਾ ਹੈ ਕਿਹੜੇ ਪਿੰਡਾਂ 'ਚ ਜਾ ਰਹੇ ਹੋ ਕਿੰਨੇ ਵਹੀਕਲ ਹੈਗੇ ਆ ਕਿੰਨੇ ਵਲੰਟੀਅਰ ਨਾਲ ਹੈਗੇ ਆ ਆਪਣੇ ਆਪ ਵਲੰਟੀਅਰਸ ਆਏ ਹੈ ਬਾਰਡਰ ਦੇ ਉੱਤੇ ਬਾਰਡਰ ਪੱਟੀ ਦਾ ਮੈਂ ਤਾਂ ਨੋਨੀ ਬਾਈ ਜੀ ਨੂੰ ਇੱਥੇ ਆਮ ਅਸੀਂ ਰੂਟੀਨ ਦੇ ਵਿੱਚ ਕਹਿਣ ਆਏ ਸੀ ਪਰ ਮੈਂ ਵਰਕਰਾਂ ਦਾ ਜੋਸ਼ ਵੇਖ ਕੇ ਮੇਰਾ ਸੀਸ ਝੁਕਦਾ ਅੱਜ ਬਹੁਤ ਹੀ 5-10 ਪਿੰਡ ਹੈ ਜਿਹੜੇ ਅਸੀਂ ਬਾਰਡਰ ਦੇ ਉੱਤੇ ਕਵਰ ਕਰਾਂਗੇ ਤੇ ਰੂਟੀਨ ਦੇ ਵਿੱਚ ਅਸੀਂ ਆਪਦਾ ਬਾਰਡਰ ਦੇ ਉੱਤੇ ਕਵਰ ਕਰਾਂਗੇ ਨੋਨੀ ਮਾ ਕਿੰਦੇ ਨਾਲ ਮੁਕਾਬਲਾ ਦੇਖਦੇ ਮੁਕਾਬਲਾ ਕਿੰਦੇ ਨਾਲ ਅਕਾਲੀ ਦਲ ਮੇਰੇ ਖਿਆਲ ਦੇ ਵਿੱਚ ਮੈਨੂੰ ਕੋਈ ਇੱਥੇ ਦੇਖ ਨਹੀਂ ਰਿਹਾਗਾ ਵੀ ਕੋਈ ਬਹੁਤ ਤਕੜੇ ਮੁਕਾਬਲੇ 'ਚ ਹੈ ਨੋਨੀ ਮਾਨ ਪੰਜਾਬ ਦੇ ਵਿੱਚ ਸਭ ਤੋਂ ਵੱਧ ਲੰਮੀਆਂ ਵੱਧ ਵੋਟਾਂ ਲੈ ਕੇ ਪੰਜਾਬ ਦੇ ਵਿੱਚੋਂ ਪਹਿਲੇ ਨੰਬਰ ਦਾ MLA ਬਣੂਗਾ ਗੁਰੂਵਾਰ ਸਾਹਿਬ ਦੇ ਪਿੰਡਾਂ ਦੇ ਵਿੱਚ ਹੋਰ ਵੀ ਉਮੀਦਵਾਰ ਜਿਹੜੇ ਜਾ ਰਹੇ ਹੈਗੇ ਆ ਇੱਕ ਗੁਰਭੇਜ ਸਿੰਘ ਸ਼ੈਲੇ ਸੰਧੂ ਆ ਮਾਨ ਪ੍ਰਵਾਹ ਤੇ ਹਮੇਸ਼ਾ ਅਟੈਕ ਕਰਦਾ ਹੈਗਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੁਛ ਨਹੀਂ ਕਹਿਣਾ ਚਾਹੁੰਦਾ ਗਾ ਜਿਹੜਾ ਹਮਲਾ ਕਰਦੇ ਆ ਉਹ ਵੀ ਸਾਡੇ ਸੱਜਣ ਹੈ ਜਿਹੜੇ ਸਾਨੂੰ ਨਾਲ ਚੱਲਦੇ ਉਹ ਵੀ ਸਾਡੇ ਸੱਜਣ ਹੈ ਸਾਡੀ ਤਾਂ ਹੱਥ ਜੋੜ ਕੇ ਬੇਨਤੀ ਹੈ ਕਿ ਆਪਦੀ ਪਾਰਟੀ ਦੀ ਪਾਲਿਸੀ ਦੱਸੋ ਕਿਸੇ ਤੇ ਨਿੱਜੀ ਹਮਲਾ ਨਾ ਕਰੋ ਕਿਸੇ ਤੇ ਨਿੱਜੀ ਹਮਲਾ ਨਾ ਕਰੋ ਇਹ ਗੱਲ ਕਹਿਣੀ ਹੈ ਗੁਰਸੇਵਕ ਸਿੰਘ ਕੈਸ਼ਮਾਨ ਦੀ ਕਾਫਲਾ ਦਿਖਾ ਦਿੰਦਾ ਲਾਈਵ ਤਸਵੀਰਾਂ ਦਿਖਾ ਦਿੰਦੇ ਹਾਂ ਜਿਸ ਤਰੀਕੇ ਦਾ ਵੱਡਾ ਕਾਫਲਾ ਲੈ ਕੇ ਅਕਾਲੀ ਦਲ ਦੇ ਵਲੰਟੀਅਰ ਜਿਹੜੇ ਹੈਗੇ ਆ ਦਿਖਾ ਸਕਦੇ ਆ ਤਸਵੀਰਾਂ ਦੇ ਜ਼ਰੀਏ ਅਕਾਲੀ ਦਲ ਵਾਲੇ ਵੱਡਾ ਕਾਫਲਾ ਲੈ ਕੇ ਬਾਰਡਰ ਪੱਟੀ ਦਾ ਰੋਡ ਸ਼ੋਅ ਕਰ ਰਹੇ ਨੇ ਅਕਾਲੀ ਦਲ ਦੀ ਮੋਟਰਸਾਈਕਲ ਰੈਲੀ ਦੇਖਦੇ ਹੋ ਤੁਸੀਂ ਤਸਵੀਰਾਂ ਦੇ ਜ਼ਰੀਏ ਕਿਸ ਤਰੀਕੇ ਅਕਾਲੀ ਦਲ ਦੇ ਵਲੰਟੀਅਰ ਰੋਡ ਸ਼ੋਅ ਕਰ ਰਹੇ ਨੇ ਇਸ ਰੋਡ ਸ਼ੋਅ ਦੇ ਵਿੱਚ ਵੱਡੀ ਸ਼ਮੂਲੀਅਤ ਨੌਜਵਾਨਾਂ ਦੀ ਵੱਡੀ ਸ਼ਮੂਲੀਅਤ ਹੈਗੀ ਹੈ ਗੱਲਬਾਤ ਕਰਦੇ ਹਾਂ ਨੌਜਵਾਨਾਂ ਨਾਲ ਕੀ ਕਹਿਣਾ ਚਾਹੁੰਦੇ ਆ ਵੀਰ ਜੀ ਜੀ ਇਹ ਚਾਹੁੰਦੇ ਕਿ ਬਦਲਾਅ ਹੋਣਾ ਚਾਹੀਦਾ ਸਰਕਾਰ 'ਚ 5 ਸਾਲ ਪਹਿਲਾਂ ਰਹੀ ਕਾਂਗਰਸ ਉਹਨਾਂ ਕੁਛ ਕੀਤਾ ਨਹੀਂ ਅਸੀਂ ਚਾਹੁੰਦੇ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈਗੀ ਹੈ ਵੀ ਇਹਨਾਂ ਨੂੰ ਅਸੀਂ ਸੱਤਾ ਵਿੱਚ ਲਿਆਈਏ ਅਤੇ ਬਾਈ ਗੁਰਦੇਵ ਸਿੰਘ ਮਾਨ ਨੂੰ ਇਸ ਨੂੰ ਗੁਰੂਆ ਸਾਹਿਬ ਦਾ MLA ਬਣਾਈਏ ਵੀ ਇਹਨੂੰ 4 ਵਾਰੀ ਮੌਕਾ ਰਾਣਾ ਸਾਹਿਬ ਨੂੰ ਦਿੱਤਾ ਉਹਨਾਂ ਕੱਖ ਨਹੀਂ ਕੀਤਾ ਅਸੀਂ ਚਾਹੁੰਦੇ ਵੀ ਆਪਦਾ ਕਿਵੇਂ ਦੇਖਦੇ ਹੋ ਬਾਰਡਰ ਦੇ ਆਪਦਾ ਜੀ ਦੇਖੋ ਨਾ ਮੰਤਰ ਹੀ ਹੈ ਉਹਨਾਂ ਦਾ ਜੀ ਕਹੋ ਦਿੱਲੀ ਬਾਹਰ ਦੀ ਪਾਰਟੀ ਉਹ ਕੁਝ ਕਰ ਵੀ ਨਹੀਂ ਸਕਦੇ ਇੱਥੇ ਤਾਂ ਇਹ ਨੌਜਵਾਨ ਹੈਗੇ ਆ ਅਲੱਗ ਅਲੱਗ ਨੌਜਵਾਨਾਂ ਦੇ ਅਲੱਗ ਅਲੱਗ ਵਿਊ ਹੋ ਗਿਆ ਕੀ ਕਹਿਣਾ ਚਾਹੁੰਦੇ ਹੋ ਜੀ ਅਸੀਂ ਤਾਂ ਅਕਾਲੀ ਸਰਕਾਰ ਬਣਾ ਚੁੱਕੇ ਹਾਂ ਬਸ ਸਾਡੇ ਵੱਲੋਂ ਅਕਾਲੀ ਸਰਕਾਰ ਤਸਵੀਰਾਂ ਦੇਖ ਰਹੇ ਹੋ ਤਸਵੀਰਾਂ ਦੇ ਜ਼ਰੀਏ ਦਿਖਾ ਰਹੇ ਹਾਂ ਕਿਸ ਤਰੀਕੇ ਵੱਡਾ ਕਾਫਲਾ ਮੋਟਰਸਾਈਕਲ ਰੈਲੀ ਕੀਤੀ ਜਾ ਰਹੀ ਹੈ ਅਕਾਲੀ ਦਲ ਵੱਲੋਂ ਅਕਾਲੀ ਦਲ ਦਾ ਜਿਹੜਾ ਇੱਥੋਂ ਦੇ ਚੋਣ ਇੰਚਾਰਜ ਹੈਗੇ ਆ ਚੋਣ ਇੰਚਾਰਜ ਬਾਰਡਰ ਪੱਟੀ ਦੀ ਗੱਲ ਕਰਦੇ ਆ 40-50 ਪਿੰਡ ਆਉਂਦੇ ਆ ਜਿੱਥੇ ਗੁਰਸੇਵਕ ਸਿੰਘ ਕੈਸ਼ਮਾਨ ਨੂੰ ਚੋਣ ਇੰਚਾਰਜ ਲਗਾਇਆ ਗਿਆ ਕੈਸ਼ਮਾਨ ਵੱਲੋਂ ਅੱਜ ਬਾਰਡਰ ਪੱਟੀ ਦਾ ਇੱਕ ਕਾਫਲਾ ਕੱਢਿਆ ਗਿਆ ਮੋਟਰਸਾਈਕਲਾਂ ਦਾ ਇੱਕ ਕਾਫਲਾ ਕੱਢਿਆ ਗਿਆ ਗੁਰੂਵਾਰ ਸਾਹਿਬ ਲਾਈਵ ਹਰੇਕ ਪਾਰਟੀ ਦੇ ਕੋਲ ਪਹੁੰਚਦਾ ਹੈਗਾ ਅੱਜ ਬਾਰਡਰ ਪੱਟੀ ਦੇ ਦੌਰੇ ਸੀ ਮੇਘਾ ਰਾਏ ਹਤਾੜ ਦੇ ਵਿੱਚ ਗੁਰਪ੍ਰਵੇਸ਼ ਸਿੰਘ ਸ਼ੈਲੇ ਨੇ ਵੱਡੇ ਕਾਫਲੇ ਨੂੰ ਸੰਬੋਧਨ ਕੀਤਾ ਉਹਨਾਂ ਨੂੰ ਮਿਲ ਕੇ ਆਏ ਹੁਣ ਇੱਥੇ ਹੈਗੇ ਆ ਇਸ ਤੋਂ ਬਾਅਦ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਵਿਜੇ ਕਾਲੜਾ ਜਿਹੜੇ ਪਿੰਡਾਂ ਦੇ ਵਿੱਚ ਵਿਚਰ ਰਹੇ ਹੈਗੇ ਆ ਉਹਨਾਂ ਦਾ ਵੱਲ ਵਿੱਚ ਜਾਵਾਂਗੇ ਅੱਜ ਕੋਸ਼ਿਸ਼ ਕਰਾਂਗੇ ਝਾੜੂ ਵਾਲੇ ਦੇ ਜਿੱਥੇ ਕਾਫਲੇ ਹੈਗੇ ਆ ਉੱਥੇ ਜਾਣ ਦੀ ਵੀ ਕੋਸ਼ਿਸ਼ ਕਰਦੇ ਆ ਦੇਖਦੇ ਰਹੇ ਹੋ ਗੁਰੂ ਸਾਹਿਬ ਲਾਈਵ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਆਪਣਾ ਗੁਰੂ ਸਾਹਿਬ ਲਾਈਵ